ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਦੋਸਤੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਨਾਰਪੁਰ ਹੈਗਾ ਜੀ, ਤਹਿਸੀਲ ਕਰਤਾਰਪੁਰ ਸਾਹਿਬ, ਜ਼ਿਲ੍ਹਾ ਜਲੰਧਰ ਲੱਗਦਾ ਜੀ। ਵੀਰ ਹਰਜਿੰਦਰ ਦੇ ਕੋਲ ਆਏ ਹਾਂ। ਪਸ਼ੂ ਜਿਹੜੇ ਆ ਦੋਸਤੋ, ਤੁਹਾਨੂੰ ਅੱਜ ਨੋਰਮਲ ਆਪਾਂ ਚਾਰ ਮੱਝਾਂ ਝੋਟੀਆਂ ਦਿਖਾਉਣੀਆਂ, ਜਿਹਦੇ ਵਿੱਚ ਇੱਕ ਪਹਿਲੇ ਨੰਬਰ 'ਤੇ ਤੁਸੀਂ ਨੀਲੀ ਰਾਵੀ ਦੀ ਮੱਝ ਦੇਖੋਗੇ, ਝੋਟੀ ਦੇਖੋਗੇ, ਇੱਕ ਵੈੜ ਆ, ਸੂਈ ਸਵਾਈ ਆ। ਪਸ਼ੂ ਆਲਮੋਸਟ ਜਿੰਨੇ ਵੀ ਆਪਾਂ ਤੁਹਾਨੂੰ ਦਿਖਾਉਣੇ ਆ, ਪੰਜੇ ਨਗ, ਪੰਜੇ ਸੂਏ ਸਵਾਏ ਨੇ। ਖਾਸ ਵਿਜ਼ਿਟ ਕਰ ਲਿਓ ਪਿੰਡ ਨਾਰਪੁਰ, ਬਹੁਤੇ ਵੀਰ ਜਾਣਦੇ ਹੋ ਇਸ ਘਰੋਂ। ਵੀਡੀਓ ਜਿਹੜੀ ਆ ਦੋਸਤੋ ਆਪਣੀ ਅਪਲੋਡ ਹੁੰਦੀ ਰਹਿੰਦੀ ਆ ਚੈਨਲ ਦੇ ਉੱਪਰ, ਵੀਰ ਹਰਜਿੰਦਰ ਥੋੜ੍ਹੇ ਕੁ ਟਾਈਮ ਬਾਅਦ ਜਿਹੜੀ ਆ ਅਪਡੇਟ ਦਿੰਦਾ ਰਹਿੰਦਾ ਪਸ਼ੂਆਂ ਦੀ। ਪਸ਼ੂ ਚੰਗੇ ਲੱਗਦੇ ਆ, ਭਾਅ ਵੀ ਚੰਗਾ ਹੁੰਦਾ। ਬਾਕੀ ਇੱਕ ਹੋਰ ਜ਼ਰੂਰੀ ਗੱਲ ਆ, ਜਿਹੜੀ ਤੁਸੀਂ ਘਰ ਵਿਜ਼ਿਟ ਕਰਕੇ ਆ, ਜਿਹੜੇ ਪਸ਼ੂ ਖਾਸ ਤੌਰ 'ਤੇ ਸਾਰੇ ਸੂਏ ਸਵਾਏ ਨੇ, ਅੱਜ ਤਸੱਲੀ ਆ, ਇੱਕ ਟਾਈਮ ਦੀ ਦੋ ਟਾਈਮ ਦੀ ਆਪਦੀ ਹੱਕ ਸਮਝ ਕੇ ਜ਼ਰੂਰ ਕਰ ਲਿਆ ਕਰੋ, ਉਸ ਤੋਂ ਬਾਅਦ ਜਿਹੜਾ ਸੌਦਾ ਕਰ ਲਿਆ ਕਰੋ। ਆਓ ਕਰਦੇ ਹਾਂ ਗੱਲ ਵੀਰ ਹਰਜਿੰਦਰ ਦੇ ਨਾਲ। ਸਭ ਤੋਂ ਪਹਿਲਾਂ ਵੀਰ ਹਰਜਿੰਦਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਹੋਰ ਕਾਇਮ ਹੋ? ਬਹੁਤ ਵਧੀਆ ਵੀਰ ਜੀ, ਅੱਜ ਫਿਰ ਮੁੱਛਾਂ ਮਾਛਾਂ ਵੀ ਵੱਟ ਚੜਾ ਲਏ। ਹਾਂਜੀ ਹਾਂਜੀ ਭਾਜੀ, ਕਿਰਪਾ ਬਾਬੇ ਨਾਨਕਰੀ ਜੀ। ਚਲੋ ਸ਼ੁਕਰ ਮਾਲਕ ਦਾ ਚਾਹੀਦਾ ਜੀ, ਹੈ ਨਾ। ਤੇ ਹਰਜਿੰਦਰ ਭਾਈ, ਅੱਜ ਪਸ਼ੂ ਚਾਰ ਮੱਝਾਂ ਝੋਟੀਆਂ ਆ ਗਈਆਂ। ਹਾਂਜੀ ਭਾਜੀ, ਚਾਰ ਝੋਟੀਆਂ, ਇੱਕ ਵੱਛੀ, ਇੱਕ ਵੱਛੀ ਆ ਗਈ। ਹਾਂਜੀ ਤੇ ਭਰਾ ਨੀਲੀ ਰਾਵੀ ਦੀ ਹਰ ਵਾਰ ਦੀ ਤਰ੍ਹਾਂ ਇੱਕ ਤੁਹਾਨੂੰ ਵੀ ਇੱਕ ਸ਼ੌਂਕ ਪੈ ਗਿਆ ਵੀ ਇੱਕ ਨਾਗ ਖੜਾ ਕਰਨਾ ਭਾਜੀ, ਜ਼ਰੂਰੀ ਲੱਭ ਕੇ। ਡਿਮਾਂਡ ਭੈਣ ਭਰਾਵਾਂ ਦੇ ਵੀਰਾਂ ਦੀ ਵੀ ਆਉਂਦੀ ਆ ਜ਼ਿਆਦੀ, ਬਹੁਤ ਜ਼ਿਆਦੀ ਭਾਜੀ। ਅੱਛਾ ਅੱਛਾ, ਹਾਂਜੀ ਹਾਂਜੀ। ਚਲੋ ਬਹੁਤ ਵਧੀਆ ਗੱਲ ਆ। ਤੇ ਇਹ ਵੀਰ ਜੀ, ਨੀਲੀ ਰਾਵੀ ਦੇ ਵਿੱਚ ਆਪਣੇ ਕੋਲ ਝੋਟੀ ਆ ਗਈ ਆ। ਹਾਂਜੀ ਹਾਂਜੀ, ਕੀ ਹਰਜਿੰਦਰ ਵੀਰੇ ਕੀ ਡਿਟੇਲ ਆ ਪ੍ਰੋਪਰ ਦੱਸ ਦੇ ਵੀ ਸੂਆ ਕਿੰਨਵਾਂ ਸੋਈ ਹੈ, ਦਿਨ ਕਿੰਨੇ ਕੁ ਹੋ ਗਏ? ਹਰਜਿੰਦਰ ਭਾਈ, ਓਨੀਆਂ ਕੁ ਗੱਲਾਂ ਕਰਾਂਗੇ, ਪਸ਼ੂ ਵੀ ਦਿਖਾਉਣੇ ਆ ਨਾਲ, ਤੇ ਗੱਲਾਂ ਵੀ ਆਪਾਂ ਓਨੇ ਪੁਆਇੰਟ ਜਿਹੜੀਆਂ ਕਰਨੀਆਂ। ਬਿਲਕੁਲ ਭਾਜੀ ਬਿਲਕੁਲ। ਤੇ ਇਹ ਵੀਰ ਜੀ, ਨੀਲੀ ਰਾਵੀ ਦੀ ਮੱਝ ਆ ਗਈ ਆਪਣੇ ਕੋਲ, ਇਹ ਭਾਜੀ ਦੂਜੇ ਸੂਏ ਝੋਟੀ ਸੀ ਆ, ਦੂਜਾ ਸੂਆ। ਹਾਂਜੀ, ਇਹਨੂੰ ਭਾਈ ਅੱਜ ਤੀਜਾ ਦਿਨ ਹੋ ਗਿਆ। ਠੀਕ ਆ, ਮੇਲ ਕਾ ਪਿੱਛੇ ਕੱਟਾ ਬੱਚਾ ਬਿਲਕੁਲ ਗਿੱਲੇ ਨਾਲ ਵੀ ਦਿਖਾ ਦਿਓ ਭਾਜੀ। ਠੀਕ ਆ, ਹਾਂਜੀ ਭਾਜੀ, ਠੀਕ ਆ, ਬੱਚਾ ਮਗਰ ਬਿਲਕੁਲ ਜੈੱਡ ਬਲੈਕ ਆ ਗਿਆ, ਹੈ ਨਾ, ਮੇਲ ਕਾਫ ਆ। ਤੇ ਮੱਝ ਜਿਹੜੀ ਆ ਦੋਸਤੋ ਝੋਟੀ ਆ, ਨੀਲੀ ਰਾਵੀ ਦੀ ਝੋਟੀ ਆ, ਤੇ ਦੂਜਾ ਸੂਆ ਸੋਈ ਆ। ਬਾਕੀ ਥਣ ਜਿਹੜਾ ਲੋਹੜਿਆਂ ਦਾ ਕਵਾਂਗੇ, ਬਿਲਕੁਲ ਐਂਡ ਥਣ ਲੱਗਾ, ਆਹ ਕਰੋ ਚੈੱਕ। ਠੀਕ ਆ, ਵਾਈਟ ਥਣ ਆ, ਤੇ ਲੰਬਾਈ ਥਣਾਂ ਦੀ ਪ੍ਰੋਪਰ ਹੈਗੀ ਆ, ਚੁਵਾਈ ਆਪਾਂ ਵੀਰ ਤੋਂ ਪੁੱਛ ਲੈਂਦੇ ਹਾਂ। ਠੀਕ ਆ ਹਰਜਿੰਦਰ ਵੀਰੇ, ਇੱਕ ਤਾਂ ਮੇਰਾ ਵੀਰ ਇਹ ਦੱਸ ਦੇ ਵੀ ਚਵਾਈ ਕਿਹੋ ਜੀ ਆ? ਭਾਜੀ ਚਵਾਈ ਬਹੁਤ ਵਧੀਆ, ਕੋਈ ਭੂਰ ਛੱਟਾ ਨਹੀਂ, ਨਾ ਪੋਦੀ ਭਾਜੀ ਟੈਟ ਆ, ਨਾ ਪਾਦੀ ਪੋਲੀ ਆ, ਮੋਟੀ ਤਾਰ ਹੋ ਗਈ ਉਂਗਲ, ਮਤਲਬ ਕਿ ਭੈਣਾ ਵੀ ਚਵਾਈ ਨਾਰਮਲ ਕਰ ਸਕਦੀਆਂ ਹਾਂਜੀ ਹਾਂਜੀ ਹਾਂਜੀ। ਤੇ ਆਪਾਂ ਖੋਲ ਕੇ ਨਾ ਤੋਰੀਏ ਇਹਨੂੰ। ਹਾਂਜੀ, ਦੂਜਾ ਸੂਆ ਸੂਈ ਤੇ ਹਰਜਿੰਦਰ ਵੀਰੇ ਟਾਈਮ ਸਹੀ ਕਿੰਨੇ ਦਿਨ ਦੱਸੇ ਜੀ? ਭਾਜੀ ਤੀਜਾ ਦਿਨ ਹੋ ਗਿਆ, ਬੱਚਾ ਬਿਲਕੁਲ ਨਾੜੂ ਆ, ਬੱਚੇ ਦੇ ਨਾਲ ਜਿਹੜਾ ਦੋਸਤੋ ਵੇਖ ਸਕਦੇ ਤੁਸੀਂ, ਬੱਚਾ ਨਾੜੂ ਤੇ ਆ, ਆ ਵੇਖੋ। ਠੀਕ ਆ, ਅੱਜ ਤੀਜਾ ਦਿਨ ਆ, ਤੀਜੇ ਦਿਨ ਦੇ ਵਿੱਚ ਅੱਜ ਪੈਰ ਆ, ਤੇ ਝੋਟੀ ਆਪਾਂ ਤੁਹਾਨੂੰ ਪ੍ਰੋਪਰ ਦਿਖਾਉਣੇ ਆ, ਤੋੜ ਕੇ ਦਿਖਾਉਣੇ ਆ। ਹਾਂਜੀ, ਤੋਰੀਏ ਵੀਰ, ਆਹ ਕਰੋ ਚੈੱਕ ਮੇਰਾ ਵੀਰ, ਹੈ ਠੀਕ ਆ। ਤੇ ਮਾਰਕਿੰਗ ਜਿੰਨੀ ਵੀ ਹੈਗੀ ਆ ਬਿਲਕੁਲ ਤੁਹਾਡੇ ਸਾਹਮਣੇ ਆ, ਥਣ ਖਵਾਨਾ ਬਿਲਕੁਲ ਤਸੱਲੀ ਦੇ ਨਾਲ ਦੇਖ ਲਓ। ਠੀਕ ਆ, ਤੇ ਪਿੱਠਪੁੜਾ ਜਿਹੜਾ ਹੈਗਾ ਤੁਸੀਂ ਉਹ ਵੀ ਆਹ ਵੇਖੋ ਜੀ, ਠੀਕ ਆ, ਪੂਰੀ ਸ਼ਾਈਨਿੰਗ ਦੇ ਵਿੱਚ ਆ, ਪੂਰੀ ਚਮਕ ਦਮਕ ਵਾਲੀ ਆ ਜਿਹੜੀ ਦੋਸਤੋ ਝੋਟੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ, ਆਹ ਕਰੋ ਚੈੱਕ, ਬਿਲਕੁਲ ਬਰੀਕ। ਠੀਕ ਆ, ਸਿੰਗੀ ਸੁੰਗੀ ਸੋਹਣੀ ਆ, ਫੱਬ ਪੂਰੀ ਫੱਬ ਦੇ ਵਿੱਚ ਆ। ਠੀਕ ਆ, ਹਰਜਿੰਦਰ ਵੀਰੇ ਬੋਲਾ ਫਿਰ ਹੁਣ ਕਿੰਨਾ ਚਵਾਰੀ ਹੈ? ਚਮੜੀ ਦੇਖੋ ਭਾਈ ਕਿੰਨੀ ਪਤਲੀ ਹੈ। ਠੀਕ ਆ ਭਾਜੀ, ਬੋਲਾ ਇਸ ਟਾਈਮ ਇਹਦੇ ਕੋਲ 10 ਲੀਟਰ ਹੋਊਗਾ ਡੱਬੇ ਮਾਰਨੇ। ਕੋਈ ਵੀ ਵੀਰ ਭਰਾ ਮੇਰੇ ਨਾਲ 9 ਲੀਟਰ ਦਾ ਸੌਦਾ ਕਰ ਲੈ, ਚਵਾ ਕੇ ਘਰੋਂ 10 ਲੀਟਰ ਦਊਂਗਾ, ਪਰ ਸੌਦਾ 9 ਲੀਟਰ ਦਾ ਕਰੇ ਫਿਰ। ਠੀਕ ਆ, ਐ ਬੋਲਾ ਮੰਨਦਾ ਭਾਜੀ ਫੁੱਟਾਂ ਵਾਲਾ ਦੇ। ਠੀਕ ਆ ਜੀ, ਬਿਲਕੁਲ ਜੀ, ਹਾਂਜੀ ਬਿਲਕੁਲ। ਤੀਜੇ ਦਿਨ ਦੇ ਵਿੱਚ ਆ ਦੋਸਤੋ ਜਿਹੜਾ ਆ ਗਏ ਭਾਜੀ, ਨਾਲ ਖਵਾ ਕੇ ਵੀ ਭੇਜਾਂਗੇ। ਲੈ ਜ਼ਰੂਰ ਵੀਰ, ਹਾਂਜੀ ਇਹ ਕਹਿਣ ਦੀ ਗੱਲ ਨਹੀਂ ਕਿ ਬੋਲਾ ਬੰਦਾ ਬੋਲਾ ਬੰਦਾ। ਲਓ ਵੀ ਦੋਸਤੋ ਨਾਲ, ਕਿਉਂਕਿ ਜਿਹੜੇ ਵੀਰ ਨੇ ਲੈ ਜਾਣਾ, ਠੀਕ ਆ, ਦੁੱਧ ਲੈ ਕੇ ਜਾਣਾ ਤੁਸੀਂ,
ਝੋਟੀ ਦੇ ਕੇ ਜਾਣੀ ਆ। ਵੀਰ ਦਾ ਕਹਿਣਾ ਹੈ ਵੀ ਜਿਹੜਾ ਵੀਰ ਆਊਗਾ ਦੁੱਧ ਬਣਾ ਕੇ ਫੁੱਟਾਂ ਵਾਲਾ ਬੋਹਲਾ ਬਣਦਾ ਨਾਲ ਖਵਾ ਕੇ ਪਿਆ ਕੇ, ਠੀਕ ਹੈ, ਤਸੱਲੀ ਕਰਕੇ ਘੱਲਿਆ ਜਾਊਗਾ, ਠੀਕ ਆ। ਬਾਕੀ ਸਕਿੰਨ ਤੁਸੀਂ ਵੇਖ ਸਕਦੇ ਹੋ ਬਿਲਕੁਲ ਕਾਗਜ਼ ਵਾਂਗੂ, ਜਿਹੜੀ ਸਕਿੰਨ ਆ ਗੱਡੇ ਦੇ ਆਪਾਂ ਛਿਲਕ ਵਰਗੀ ਕਹਿ ਲਈਏ ਉਹ ਜਿਹੀ ਸਕਿੰਨ, ਠੀਕ ਆ, ਅੱਖ ਉੱਖ ਸੋਹਣੀ ਆ ਤੇ ਮਾਰਕਿੰਗ ਜਿੰਨੀ ਆ ਬਿਲਕੁਲ ਤੁਹਾਡੇ ਸਾਹਮਣੇ, ਤੁਸੀਂ ਸਾਰੇ ਵੀਰ ਪਾਰਕੂ ਹੋ। ਆਹ ਕਰੋ ਚੈੱਕ, 10 ਲੀਟਰ ਦੇ ਦਰਮਿਆਨਾ ਹੈਗਾ ਵੀਰਾਂ ਦਾ, ਬਾਕੀ ਆਪਾਂ 9 ਲੀਟਰ ਜਿਹੜਾ ਚਵਾ ਲਵਾਂਗੇ, ਠੀਕ ਆ। ਹਾਂਜੀ, ਕਰੋ ਚੈੱਕ, ਸੂਹ ਤੇ ਨਿਸ਼ਾਨ ਪ੍ਰੋਪਰ ਹੈਗਾ। ਅੱਛਾ ਹਰਜਿੰਦਰ ਭਾਈ, ਲੈਣ ਦੇਣ ਫਿਰ ਅੱਜ ਕੀ ਕਰ ਦੇਗਾ ਮੁੱਲ? ਮੈਂ ਕਹਿੰਦਾ ਭਾਅ ਜੀ ਅੱਜ ਤੁਸੀਂ ਕਰ ਦਿਓ ਜੋ ਮਾਰਕੀਟ ਦੇ ਹਿਸਾਬ ਨਾਲ ਲੋਕ ਕਰ ਆਪਣੇ ਵੀਰ ਭਰਾ ਕਰਦੇ ਨੇ, ਉਹਨਾਂ ਨੂੰ 5000 ਡਾਊਨ ਕਰ ਦਿਓ, ਆਪਾਂ ਦੇ ਦਾਂਗੇ ਭਾਅ ਜੀ। ਹਾਂ ਠੀਕ ਆ, ਠੀਕ ਆ ਵੀਰ। ਨਹੀਂ ਫਿਰ ਵੀ ਤੁਸੀਂ ਦੱਸ ਦਿਓ ਜੀ ਤੁਹਾਡਾ ਭਾਅ ਪੜਤਾ, ਤੁਹਾਨੂੰ ਪਤਾ ਵੀ ਇੰਨੇ ਕੁ ਦੀ ਆਪਾਂ ਨੂੰ ਆਈ ਹੈ ਤੇ ਕੋਈ ਭੈਣ ਭਰਾ ਨੂੰ ਇੰਨਾ ਕੁ ਆਪਾਂ ਨਫਾ ਲੈ ਕੇ ਜਿਹੜੀ ਚੀਜ਼ ਦੇ ਦੇਣੀ। ਹਾਂਜੀ ਹਾਂਜੀ, ਇਹ ਭਾਅ ਜੀ 75000 ਦੀ ਦੇ ਦਾਂਗੇ, 75 ਦੀ। ਹਾਂਜੀ ਲੈ ਵੀ ਦੋਸਤੋ, ਹਰਜਿੰਦਰ ਭਾਈ ਨੇ ਫਿਰ ਕਹਿਤਾ ਫਿਰ 75000 ਦੀ ਜਿਹੜੀ ਆਪਾਂ ਦੇ ਦਾਂਗੇ, 5000 ਹੀ ਵਿੱਚ ਉਡਾ ਦਾਂਗੇ ਸਿੱਧਾ ਭਾਅ ਜੀ। ਆਹ ਚੱਕੋ, ਆਹ ਚੱਕੋ, ਹੋਰ ਦੱਸੋ। ਆਹ ਵੇਖੋ ਭਰਾਓ, ਹੈ ਬਣਾਤੀ ਰੌਣਕ ਵੀਰ ਨੇ, ਕਹਿੰਦਾ ਵੀ 5000 ਹੀ ਡਾਤਾ 75000 ਦੇ ਵਿੱਚੋਂ, ਠੀਕ ਆ, ਕੋਈ 100-200 ਦੀ ਮਾਰ ਨਹੀਂ, ਕੋਈ ਫਿਕਸ ਯਾਰ ਰੇਟ ਨਹੀਂਗਾ, 5000 ਹੀ ਡਾਤਾ ਸਿੱਧਾ ਭਾਅ ਜੀ। ਲਓ ਵੀ 70000 ਦੀ ਜਿਹੜੀ ਆ ਦੋਸਤੋ ਝੋਟੀ, ਆਹ ਵੇਖੋ ਪੂਰੀ ਸ਼ਕੀਨੀ। ਆਹ ਕਰੋ ਚੈੱਕ ਜੀ, ਥਾਣੇਪੁਰੀ ਜਿਹੜਾ ਦੋਸਤੋ ਬਹਿਣੀ ਵਾਲੇ ਪਾਸੇ ਤੋਂ ਆ, ਜਿਹੜੇ ਬਣੇ ਚਵਾਈ ਨੋਰਮਲੀ ਆਪਾਂ ਕਰਦੇ ਹਾਂ ਉਧਰੋਂ, ਜੇਕਰ ਥਾਣਾ ਆਪਾਂ ਵਿਖਾ ਰਹੇ ਹਾਂ ਤੁਹਾਨੂੰ ਤਾਂ ਇੱਦਾਂ ਦਾ ਹੈਗਾ, ਠੀਕ ਆ। ਅਤੇ ਗੈਬੰਦਰ ਜਿਹੜਾ ਬਿਲਕੁਲ ਦੋਸਤੋ ਸੋਹਣਾ ਹੈਗਾ, ਅਤੇ ਚਵਾਈ ਵੀਰਾਂ ਦਾ ਵੀ ਸੋਹਣੀ ਲੱਗੀ ਆ, ਠੀਕ ਆ। ਕੋਈ ਵੀ ਭੈਣ ਬੜੇ ਨੋਰਮਲ ਤਰੀਕੇ ਨਾਲ, ਬੜੇ ਨੋਰਮਲ ਈਜ਼ੀ ਢੰਗ ਨਾਲ ਤੁਸੀਂ ਚਵਾਈ ਕਰ ਸਕਦੇ ਹੋ। ਇਸ ਤੋਂ ਜਿਹੜੀ ਨੈਕਸਟ ਅਗਲੇ ਬਣੇ ਝੋਟੀ ਆ, ਇਹ ਵੀ ਬਿਲਕੁਲ ਜਿਹੜੀ ਆ ਦੋਸਤੋ ਸ਼ਾਹੀ ਪੂਰੀ ਆ ਕਾਲੇ ਰੰਗ ਦੇ ਵਿੱਚ। ਹਰਜਿੰਦਰ ਜੀ, ਇਹ ਭਾਜੀ ਤੋਹਫਾ ਲੈਂਦਾ, ਤੋਹਫਾ, ਹਾਂ ਤੋਹਫੇ ਸਾਰੇ ਹੀ ਆ ਜੀ। ਇਹਦੀ ਗੱਲ ਹੁੰਦੀ ਹੈ ਨਾ, ਭਾਵੇਂ ਮੰਜਾ ਡਾਗੀ ਉੱਪਰ ਲੰਮੇ ਪੈ ਜਾਓ, ਇਹ ਦੂਜੀ ਸੂਈ ਆ ਭਾਜੀ, ਝੋਟੀ ਸੂਈ ਆ ਜੀ, ਇਹਨੂੰ 15 ਦਿਨ ਹੋ ਗਏ ਸੂਈ ਨੂੰ ਪਿੱਛੇ ਕੱਟਾ ਭਾਜੀ। 14 ਲੀਟਰ ਦੁੱਧ ਡੱਬੇ ਮਾਰਨਾ ਹੋਊਗਾ ਇਸ ਟਾਈਮ, ਗੱਲਾਂ ਬਾਤਾਂ ਵਾਲਾ ਨੀ ਗਾ, ਫੂਕਾ ਮਾਰ ਕੇ ਜਿਹੜਾ ਮਿਲ ਲੈਣਾ। ਆਪਣੇ ਨਾਲ ਕੋਈ ਵੀ ਵੀਰ 13 ਲੀਟਰ ਦਾ ਸੌਦਾ ਕਰੇ, ਘਰੇ ਆਏਗਾ 14 ਲੀਟਰ ਬਣਾ ਕੇ ਦਾਂਗੇ, ਗੱਲਾਂ ਬਾਤਾਂ ਵਾਲਾ ਨੇ ਵੀ ਦਊਗੀ ਜਾਂ ਕਿੱਦਾਂ, ਇਸ ਟਾਈਮ ਰੈਡੀ ਆ। ਠੀਕ ਹੈ ਭਾਜੀ, 15 ਲੀਟਰ ਚੋਗ ਲਿਆਂਦਾ ਆਪਣੇ ਕੋਲ, ਕੱਲ ਹੀ ਮਾਲ ਉਤਰਿਆ, ਥੋੜੀ ਥਕਾਵਟ ਥਕੁਟ ਮਨਾ ਗਈਆਂ, ਬੱਚਾ ਨੀਚੇ ਕੱਟੀ ਆ ਗਈ, ਹਾਂਜੀ ਇਹਦੇ ਪਿੱਛੇ ਕੱਟੀ ਆ ਗਈ ਭਾਜੀ, ਕੱਟੀ ਆ। ਦਿਨ ਕਿੰਨੇ ਦਾ ਸਰ ਜਿੱਧਰ? ਇਹਨੂੰ ਭਾਜੀ 15-16 ਦਿਨ ਹੋ ਗਏ, 15-16 ਦਿਨ ਵੀ 14 ਕਿਲੋ ਦਾ ਚਵਾ ਦੇਣਾ। ਮੈਂ ਕਿਹਾ ਭਾਜੀ ਗੱਲਾਂ ਬਾਤਾਂ ਵਾਲਾ ਦੀ ਫੂਕਾ ਮਾਰ ਕੇ ਜਿਹਨੂੰ ਕਹੀ ਦੇਣਾ, ਫੂਕਾ ਮਾਰ ਕੇ। ਆਹ ਕਰੋ ਚੈੱਕ ਵੀ, ਮੰਨੋ 14 ਲੀਟਰ ਭਾਈ ਹਰਜਿੰਦਰ ਦਾ ਵੀ, ਕਹੇ ਨੀ ਵੀ ਇਕੱਲੀ ਝੱਗ ਜੀ ਵਿਖਾ ਕੇ ਬਾਲਟੀ, ਹਨਾ 2-4 ਕਿਲੋ ਵਾਲੀ, ਹਾਂਜੀ ਬਿਲਕੁਲ ਜੀ, ਵੀ 4 ਕਿਲੋ ਵਾਲੀ ਬਾਲਟੀ ਫੜ ਕੇ ਝੱਗ ਬਣਾ ਕੇ ਆਖਿਆ ਵੀ ਇਹ 7 ਕਿਲੋ ਆ ਜੀ, 7 ਕਿਲੋ ਹੋ ਗਿਆ ਉਹ ਨਹੀਂ। ਹਾਂਜੀ ਮਿੱਠਾ ਪੜਾ ਦਿਖਾਓ ਭਾਜੀ, ਹਾਂ ਕਿੰਨਾ ਚੌੜਾ, ਆਹ ਵੇਖੋ ਥੱਬਿਆਂ ਦੇ ਥੱਬੇ ਆ, ਤੇ ਆਹ ਵੇਖੋ ਹਵਾਨਾ, ਜਿਵੇਂ ਜਿਵੇਂ ਬੈਕ ਸਾਈਡ ਨੂੰ ਆਪਾਂ ਦੋਸਤੋ ਆਉਣੇ ਤੇ ਪੂਰੀ ਉਵੇਂ ਚੌੜੀ ਹੁੰਦੀ ਜਾਂਦੀ, ਉਵੇਂ ਥੋੜੀ ਖਲਾਰ ਪੂਰਾ ਆ ਗਿਆ ਭਾਜੀ, ਚਵਾਈ ਨੂੰ 2 ਘੰਟੇ ਪਏ ਆ ਪੂਰੇ, 6 ਤੋਂ 6 ਆਪਣੀ ਚਵਾਈ ਆ ਜੀ। ਇੱਕ ਜਿਹੜਾ ਦੋਸਤੋ ਮੈਂ ਵੀਡੀਓ ਦਾ ਟਾਈਮ ਤੁਹਾਨੂੰ ਜ਼ਰੂਰ ਨੋਟ ਕਰਾ ਦਿੰਦਾ, ਕਿਉਂਕਿ ਜੇਕਰ 6 ਤੋਂ 6 ਆਪਾਂ ਚਵਾਈ ਕਰਦੇ ਹਾਂ ਤੇ ਬਿਲਕੁਲ 4 ਵਜੇ ਦਾ ਜਿਹੜਾ ਸਮਾਂ ਹੈਗਾ, ਠੀਕ ਹੈ, ਸ਼ਾਮ ਈਵਨਿੰਗ 4 ਵਜੇ ਦਾ ਸਮਾਂ, 2 ਘੰਟੇ ਤਕਰੀਬਨ ਘੱਟੋ ਘੱਟ ਪਏ, ਟਾਈਮ ਤੇ ਨਹੀਂ ਛੱਡੀਆਂ, ਦੇਖੋ ਸਾਰੀਆਂ ਬਿਲਕੁਲ ਆਰਾਮ ਨਾਲ ਖੜੀਆਂ, ਬਿਲਕੁਲ ਜੀ। ਹਾਂਜੀ ਆਹ ਦੇਖੋ ਜੀ, ਠੀਕ ਆ, ਥਣ ਥੁਣ ਜਿਹੜਾ ਸਾਈਜ਼ ਹੈਗਾ ਦੋਸਤੋ ਚੰਗਾ ਹੈ, ਠੀਕ ਆ, ਅਤੇ ਬਾਕੀ ਸਪੇਸ ਵਿੱਚ ਥੋੜ੍ਹੀ ਜਿਹੀ ਘੱਟ ਆ ਥਣਾਂ ਦੇ ਵਿੱਚ, ਅਗਲੇ ਮਰਲਿਆਂ ਦੇ ਵਿੱਚ, ਪਰ ਨੋਰਮਲੀ ਆਪਾਂ ਨੂੰ ਦੁੱਧ ਦੀ ਨੀਡ ਹੁੰਦੀ ਆ, ਦੁੱਧ ਦੀ ਜ਼ਰੂਰਤ ਆ, ਦੁੱਧ ਚਵਾਈ ਜਿਹੜੀ 1 ਨੰਬਰ ਹੋਵੇਗੀ, ਜਿਹੜਾ ਬੱਚਿਆਂ ਜਿਹਨੇ ਨਹੀਂ ਵੀ ਚੋਈ ਨਾ ਉਹ ਵੀ ਬਹਿ ਕੇ ਥੱਲੇ ਚੋਲੇ ਪੋਲੀ ਹੈ ਵੀਰ, ਬਿਲਕੁਲ ਪੋਲੀ ਭਾਜੀ, 2 ਕਿਲੋ ਤੋਂ ਪਲੱਸ ਗਾੜ ਹੀ ਹੋਊਗੀ ਝੋਟੀ, ਠੀਕ ਆ ਜੀ। ਹਾਂਜੀ ਲਓ ਵੀ ਭਰਾਓ, ਕਰੋ ਚੈੱਕ, ਮਗਰ ਕੱਟੀ ਆ, ਹਾਂਜੀ ਠੀਕ, ਖੁੱਲ ਕੇ ਵੀਰ ਆ ਲਓ ਭਰਾਓ, ਆਹ ਫੇਸ ਕੁਆਲਿਟੀ ਕਰੋ ਚੈੱਕ, ਠੀਕ ਆ, ਤੇ ਆਹ ਦੇਖੋ
ਬਿਲਕੁਲ ਜੀ ਬਿਲਕੁਲ ਆਹ ਦੇਖੋ ਜੀ ਸਫਾਈ ਪੂਰੀ ਹੈਗੀ ਦੋਸਤੋ ਝੋਟੀ ਜਿਹੋ ਜਿਹੀ ਉੱਪਰੋਂ ਆ ਪਿੱਠ ਪੁੱਠ ਦੀ ਵੇਖੋਗੇ ਤੁਸੀਂ ਬਿਲਕੁਲ ਮੰਜਾ ਡਿੰਦਾ ਆਪਾਂ ਕਿਹਾ ਸੀਗਾ ਵੀ ਚੌੜੀ ਵੇਖੋ ਤੁਸੀਂ ਕਿੱਡੀ ਹੈ ਠੀਕ ਹੈ ਇੱਕ ਮੀਟਰ ਮਾਰ ਲੈਣਾ ਇੱਕ ਮੀਟਰ ਦਾ ਜਿਹੜਾ ਦੋਸਤੋ ਪਿੱਠ ਪੁੱਠਾ ਲੱਗਾ ਝੋਟੀ ਦੇ ਹਰਜਿੰਦਰ ਵੀਰੇ ਲੈ ਦੇ ਇਸ ਝੋਟੀ ਦਾ ਕੀ ਕੀਤਾ ਮੈਂ ਤਾਂ ਕਹਿੰਦਾ ਭਾਜੀ ਆਪਣੇ ਵੀਰ ਭਰਾ ਇੱਕ 15 ਇੱਕ 20 ਮੰਗਦੇ ਨੇ ਆਪਾਂ ਵੀ ਉਨੇ ਹੀ ਮੰਗ ਲਈ ਇੱਕ 15 ਜੀ ਬਾਨਵੇਂ ਹਜ਼ਾਰ ਮੁੱਲ ਆ 14 ਕਿਲੋ ਭਾਂਡੇ ਦੇ ਵਿੱਚ ਭਾਈ ਹਰਜਿੰਦਰ ਪਾਊਗਾ ਆਪਦੇ ਘਰ ਦਾ ਇਸ ਤੋਂ ਬਾਅਦ ਦੋਸਤੋ ਇੱਕ ਮੈਂ ਜਿਹੜੀ ਤੁਹਾਨੂੰ ਰਿਕੁਐਸਟ ਕਰਦਾ ਮਾਲ ਜਿਹੜਾ ਤੁਸੀਂ ਘਰੇ ਚੋ ਕੇ ਲੈ ਲੈਣਾ ਉਹਦੇ ਵਰਗੀ ਰੀਸ ਕੋਈ ਨਹੀਂ ਬਾਕੀ ਜਦੋਂ ਆ ਗੇਟ ਮੈਂ ਤੁਹਾਨੂੰ ਕਹਣਾ ਜਦੋਂ ਗੇਟ ਕਿਸੇ ਵਪਾਰੀ ਦਾ ਗੇਟ ਆ ਜਦੋਂ ਬਾਹਰ ਲੈ ਕੇ ਤੁਸੀਂ ਚੀਜ਼ ਚਲੇ ਜਾਂਦੇ ਹੋ ਗਰੰਟੀ ਇਹ ਚੀਜ਼ ਕੋਈ ਨਹੀਂ ਹੈਗੀ ਭਾਜੀ ਜਿਹੜਾ ਆਨਲਾਈਨ ਮੰਗਾਏਗਾ ਆਪਾਂ ਅੱਗੇ ਵੀ ਕਿਹਾ ਆਪਣੀ ਥਣਾਂ ਦੀ ਗਰੰਟੀ ਹੋਊਗੀ ਥਣ ਬਾਅਦ ਘੱਟ ਹੋਊਗਾ ਭੂਰ ਛਿੱਟ ਆਊਗਾ ਨਾੜ ਗਿਲਤੀ ਹੋਊਗੀ ਉਹਦੀ ਹੋਊਗੀ ਦੁੱਧ ਦੀ ਭਾਜੀ ਆਪਾਂ ਇੱਕ ਪਾਈਏ ਦੀ ਇੰਨੀ ਗਰੰਟੀ ਦੀ ਹਾਂਜੀ ਭਾਜੀ ਇੱਥੇ ਆ ਜੇ ਮੇਰਾ ਵੀਰ ਜੇ ਅਸੀਂ ਚਵਾਉਣ ਤੋਂ ਮਨਾ ਕਰੀਏ ਜਾਂ ਕੁਛ ਕਰੀਏ ਜਿੰਨੀ ਸਾਈ ਪਾਈ ਹੋਊਗੀ ਉਹਦੀ ਡਬਲ ਸਾਈ ਮੋੜਾਂਗੇ ਦੋ ਟਾਈਮ ਆਪਦੇ ਘਰ ਰੱਖਾਂਗੇ ਜਿੱਦਾਂ ਰੋਟੀ ਪਾਣੀ ਆਪ ਖਾਵਾਂਗੇ ਉਹਨਾਂ ਨੂੰ ਖਿਲਾਵਾਂਗੇ ਚਵਾ ਕੇ ਦੋ ਟਾਈਮ ਦਾਂਗੇ ਭਾਜੀ ਬਿਲਕੁਲ ਬਾਕੀ ਦੋਸਤੋ ਵੀਰ ਨੇ ਆਪਦੇ ਵੱਲੋਂ ਪੂਰਾ ਕਲੀਅਰ ਕਰ ਦਿੱਤਾ ਅੱਗੋਂ ਕਿਸੇ ਵੀਰ ਦੀ ਲਾਪਰਵਾਹੀ ਹੋਈ ਤੇ ਉੱਥੇ ਜਿਹੜਾ ਦੋਸਤੋ ਕੋਈ ਜ਼ਿੰਮੇਵਾਰ ਨਹੀਂ ਹੁੰਦਾ ਨਾ ਕੋਈ ਵਪਾਰੀ ਵੀਰ ਨਾ ਮੇਰਾ ਕੰਮ ਵੀਡੀਓ ਬਣਾਉਣ ਦਾ ਨਾ ਮੈਂ ਜ਼ਿੰਮੇਵਾਰ ਉੱਥੇ ਹੈਗਾ ਜੇਕਰ ਤੁਸੀਂ ਤਸੱਲੀ ਨਹੀਂ ਕਰਦੇ ਚੀਜ਼ ਤੁਹਾਨੂੰ ਦਿਖਾ ਦੇਣੀ ਆ ਤਸੱਲੀ ਤੁਸੀਂ ਕਰਨੀ ਆ ਜੇਕਰ ਕਈ ਗੱਲ ਦੇ ਵਿੱਚ ਕੋਈ ਕਿੰਤੂ ਪ੍ਰੰਤੂ ਆ ਉੱਪਰ ਹੇਠਾਂ ਚੀਜ਼ ਨਿਕਲਦੀ ਹੈ ਜਿਹੜੀ ਸਾਈ ਹੈ ਤੁਸੀਂ ਆਪਦੀ ਲੈ ਕੇ ਜਾ ਸਕਦੇ ਹੋ ਉਹਦੀ ਵੀ ਡਬਲ ਦੇਊਗਾ ਬੰਦਾ ਜੇਕਰ ਉਹ ਏਡੀ ਦੂਰੋਂ ਤੁਹਾਨੂੰ ਆਵਾਜ਼ ਮਾਰ ਕੇ ਗੁੱਸਾ ਦੇ ਰਿਹਾ ਹਾਂਜੀ ਕਿਸੇ ਦਾ ਟਾਈਮ ਥੋੜਾ ਭਾਜੀ ਖਰਾਬ ਕਰਨਾ ਟਾਈਮ ਬਹੁਤ ਕੀਮਤੀ ਆ ਬਿਲਕੁਲ ਪਾਈਆ ਖੰਡ ਅੱਧਾ ਕਿਲੋ ਇੱਧਰ ਉੱਧਰ ਹੋ ਜੇ ਉਹਦਾ ਭਾਜੀ ਕਹਿ ਨਹੀਂ ਸਕਦੇ ਪਰ 13 ਦੱਸਿਆ 13 ਦਾ 6 ਨਿਕਲੇ ਉਹ ਨਹੀਂ ਰਹੂਗਾ ਭਾਜੀ ਜੀ ਬਿਲਕੁਲ ਹਾਂਜੀ ਠੀਕ ਆ ਇਸ ਤੋਂ ਬਾਅਦ ਵੀਰ ਹਰਜਿੰਦਰ ਅਗਲੀ ਵੀਰ ਇਹ ਝੋਟੀ ਦੀ ਕੀ ਡਿਟੇਲ ਆ ਜਿਹੜੀ ਤੀਜੇ ਨੰਬਰ ਤੇ ਆਪਾਂ ਦਿਖਾ ਰਹੇ ਹਾਂ ਦੇਖੋ ਭਾਜੀ ਇਹਦੇ ਤਾਂ ਮੰਜੇ ਤੋਂ ਛੱਡ ਕੇ ਤਾਂ ਭਾਵੇਂ ਬੈੱਡ ਡਾਲ ਦਿਓ ਡਬਲ ਬੈੱਡ ਜੀ ਹਾਂਜੀ ਠੀਕ ਆ ਆਪੇ ਟੁਕੜਾ ਦਿਖਾਓ ਤਾਂ ਹਮਾਨਾ ਥੱਲੋਂ ਦਿਖਾਓ ਐਚ ਐਚ ਠੀਕ ਆ ਇਹ ਪੰਡਾ ਪਾਈ ਫਿਰਦੀ ਹੈ ਵੀ ਗਰਮਾ ਵਾਲੀ ਝੋਟੀ ਹੈ ਦੂਜਾ ਸੁਬਾ ਸੂਈ ਹੈ ਹਾਂਜੀ ਭਾਜੀ ਦੂਜਾ ਸੁਬਾ ਸੂਈ ਆ ਥੋੜਾ ਜਿਹਾ ਜਫਰਾਬਾਦੀ ਤੇ ਆਵੇ ਦਾ ਸਿੰਘ ਆ ਗਿਆ ਸਿੰਘ ਥੋੜੇ ਪਿੱਛੇ ਦਾਤੀ ਟਾਈਪ ਜਿਵੇਂ ਆ ਗਏ ਹਾਂਜੀ ਹਾਂਜੀ ਤੇ ਸਿੰਘਾਂ ਦੀ ਬਣਤਰ ਥੋੜੀ ਹੈ ਦੋਸਤੋ ਇਸ ਹਿਸਾਬ ਨਾਲ ਆ ਬਾਕੀ ਬਿਲਕੁਲ ਜਿਹੜੀ ਸ਼ਾਹੀ ਹੈਗੀ ਹੈ ਝੋਟੀ ਦੇ ਵਿੱਚ ਬਿਲਕੁਲ ਕਾਲੀ ਹੈਗੀ ਹੈ ਝੋਟੀ ਸਕਿਨ ਸਕੂਨ ਵੇਖੋ ਬਾਕੀ ਪਿੱਠ ਪੁੱਠਾ ਵੀ ਵੇਖੋ ਦੋਸਤੋ ਨੋਰਮਲ ਚੀਜ਼ ਜਿਹੜੀ ਵੇਖਣ ਵਾਲੀ ਹੁੰਦੀ ਆ ਜੇਕਰ ਪਿੱਠ ਪੁੱਠਾ ਝੋਟੀ ਦੇ ਚੰਗਾ ਚੌੜਾ ਲੱਗਿਆ ਥੱਬੇ ਦੇ ਥੱਬੇ ਤੇ ਸ਼ੋਰ ਜੀ ਗੱਲ ਆ ਵੀ ਜਿਹੜਾ ਹਵਾਨਾ ਵੀ ਸੋਹਣਾ ਹੋਵੇਗਾ ਤੇ ਵਿੱਚ ਦੁੱਧ ਵੀ ਹੋਵੇਗਾ ਉੱਪਰੋਂ ਜਦੋਂ ਸਰੀਰ 'ਚ ਕੋਈ ਕੱਪੜੇ ਹੀ ਹੈ ਨਹੀਂ ਕਿ ਤਾਂ ਭਾਜੀ ਉਹਨਾਂ ਦੁੱਧ ਕੀ ਦੇਣਾ ਬਿਲਕੁਲ ਜੇ ਕੋਈ ਵਜਨ ਵੱਟਾ ਮੈਂ ਤਾਂ ਹੋਊਗਾ ਰੱਤ ਪਿੱਤ ਹੋਊਗੀ ਤੇ ਦੁੱਧ ਕੱਢੂਗੀ ਭਾਜੀ ਬਿਲਕੁਲ ਬਿਲਕੁਲ ਹਾਂਜੀ ਬਾਕੀ ਵੀਰ ਭਾਜੀ ਬਿਲਕੁਲ ਬਰੀਕ ਚਮੜੀ ਦੀਆਂ ਸਾਰੀਆਂ ਮੱਝਾਂ ਇਹ ਰਜਿੰਦਰ ਦੇ ਮਗਰ ਬੱਚਾ ਕੀ ਆ ਗਿਆ ਇਹਦੇ ਮਗਰ ਭਾਜੀ ਕੱਟੀ ਆ ਗਈ ਕੱਟੀ ਤੋਸਾ ਅੱਛਾ ਕੱਟੀ ਤੋਫਾ ਇੱਧਰ ਲਿਆ ਕੇ ਦੇਖੋ ਕੱਟੀ ਨੀਦੀ ਰਾਵੀ ਦੀ ਪਾਤੀ ਹੈ ਪਿਓਰ ਹੀ ਨੀਦੀ ਰਾਵੀ ਸੂਲ ਤੇ ਵੀ ਨਿਸ਼ਾਨ ਹਾਂ ਚੰਗੇ ਪੈਰ ਵੀ ਚਾਰੇ ਮੱਥਾ ਵੀ ਪੂਛ ਵੀ ਤੇ ਅੱਖਾਂ ਵੀ ਇਹਦਾ ਨੀਲੀ ਦਾ ਵੀ ਤੇ ਮਾਲੀ ਤੋਂ ਕ੍ਰਾਸ ਹੋਈ ਹੋਣੀ ਹਾਂਜੀ ਭਾਜੀ ਤੇ ਬੱਚਾ ਨੀਲੀ ਦਾ ਪਾਤਾ ਪਿੱਛੇ ਕੱਟੀ ਮਗਰ ਚੰਗੀ ਹੈ ਹਾਂਜੀ ਭਾਈ ਕੋਈ ਵੀ ਵੀਰ ਸੌਦਾ ਕਰ ਲਵੇ 10,000 ਦੀ ਕੱਟਣੀ ਕੱਟੀ ਛੱਡਣੀ ਚਾਵੇ ਤਾਂ ਮੈਂ ਕੱਟ ਕੇ 10,000 ਰੁਪਏ ਕੱਟੀ ਰੱਖ ਲੂੰਗਾ ਤੇ ਮੈਂ ਲੈ ਜੀ ਮੇਰਾ ਵੀ
ਅਗਲੇ ਨੇ ਖਰੀਦਣੀ ਮੱਝ ਵੀ ਖਰੀਦਣੀ ਆ, ਉਹਨੇ ਵੇਖ ਕੇ ਕੱਟੀ ਵੀ ਖਰੀਦਣੀ, ਨਾਲ ਕੱਟੀ ਵੀ ਆ ਰਹੀ ਆ, ਕੱਟੀ ਪਿੱਛੇ ਬਰੀਡ ਵਾਲੀ ਆਈ ਆ, ਸ਼ੌਂਕ ਬੜਾ ਵੱਡਾ ਹੁੰਦਾ, ਨਾਲ ਕੱਟੀ ਵੀ ਕਈ ਵੀਰ ਪਾਲਦੇ ਆ, ਵੀ ਨੀਲੀ ਦਾ ਵੀ ਤੇ ਵਿੱਚ ਮਿਲ ਗਈ, ਅਗਲੇ ਛੱਡਣਗੇ ਥੋੜੀ। ਹਾਂਜੀ ਹਾਂਜੀ, ਪਰ ਆਪਾਂ ਆਫਰ ਦਿੱਤਾ। ਨਹੀਂ ਕੋਈ ਗੱਲ ਨਹੀਂ ਜੀ। ਕਿੰਨੇ ਦਿਨ ਹੋਏ, ਕਿੰਨੇ ਸੂਈ ਨੇ ਇਹਨੂੰ? ਭਾਜੀ ਘਰ ਵਾਲੇ 15 ਦਿਨ ਕਹਿੰਦੇ ਸੀ, ਮੈਂ ਕਹਿੰਦਾ 20-22 ਦਿਨ ਹੋ ਗਿਆ ਸੂਈ। ਬਾਕੀ ਦੋਸਤੋ ਆ ਬੱਚਾ ਤੁਹਾਡੇ ਸਾਹਮਣੇ ਆ, ਬਾਕੀ ਆਪਣਾ ਵੀਰ ਕੋਈ ਵੀ ਆਪਦੀ ਸਮਝ ਨਾ ਲਾਵੇ। ਆਹ ਬੱਚਾ 20 ਦਿਨ ਦਾ ਮੰਨ ਲਓ, 22 ਦਿਨ ਦਾ ਮੰਨ ਲਓ, 18 ਦਿਨ ਦਾ ਮੰਨ ਲਓ, ਆਹ ਤੁਹਾਡੇ ਸਾਹਮਣੇ ਕੱਟੀ ਆ, ਠੀਕ ਆ। ਕੱਟੀ ਦੀ ਉਮਰ ਬਿਲਕੁਲ ਵੇਖ ਲਓ, ਦੰਦੋਂ ਵੇਖ ਲਓ ਆ ਕੇ ਘਰੇ, ਹੈ ਨਾ ਵੀ। ਹਾਂਜੀ ਹਾਂਜੀ। ਇਸ ਤੋਂ ਬਾਅਦ ਬਾਕੀ ਭਾਜੀ ਬੱਚਾ ਉਹੀ ਕਾਇਮ ਹੁੰਦਾ ਜਿਹਦੀ ਮਾਂ ਕੋਲੋਂ ਦੁੱਧ ਹੈਗਾ। ਹਾਂਜੀ, ਦੁੱਧ ਹੋਊਗਾ ਛੱਡੂਗਾ ਤੇ ਬੱਚਾ ਫੜੂਗਾ, ਜਿਹਦੇ ਕੋਲੋਂ ਦੁੱਧ ਹੀ ਹੈ ਨੀ ਉਹਦਾ ਬੱਚਾ ਕੀ ਭਾਜੀ ਪਾਲਣਾ। ਸਹੀ, ਇਹ ਤਾਂ ਹਰ ਇੱਕ ਵੀਰ ਨੂੰ ਪਤਾ ਕਰ। ਬਿਲਕੁਲ। ਹਾਂਜੀ, ਬਾਕੀ ਆਹ ਥਣ ਥੁਣ ਜਿਹੜੇ ਦੋਸਤੋ ਵੇਖੋ, ਬਹਿਣੀ ਵਾਲੇ ਪਾਸੇ ਤੋਂ ਕਰੋ ਚੈੱਕ, ਠੀਕ ਆ। ਗੈਪ ਗੂਪ ਚੰਗਾ ਬਿਲਕੁਲ, ਜਿਹੜਾ ਨੋਕ ਵਾਲਾ ਥਣ ਤੇ ਚਵਾਈ ਹਰਜਿੰਦਰ ਬਿਲਕੁਲ ਪੋਲੀ ਨਹੀਂ ਭਾਜੀ, ਪੋਲੀ ਨੂੰ ਉਮਰ ਕੀ ਹੋਊਗੀ ਚਵਾਈ, ਕੋਈ ਭੂਰ ਛੱਟਾ ਨਾ ਹੋਊਗਾ, ਕੋਈ ਥਾਣ ਵਾਦ ਘੱਟ ਹੋਊਗਾ, ਕੋਈ ਨਾੜ ਗਿਲਤੀ ਨਹੀਂ ਹੋਊਗੀ। ਠੀਕ ਆ, ਖੁੱਲ ਗਏ ਵੀਰੇ ਨੂੰ ਵੀ। ਇੱਕ ਭਾਜੀ ਦੀ ਗੱਲ ਦੱਸਣੀ, ਲਿਆ ਕੈਮਰਾ ਦਿਖਾ ਦਿਓ, ਇੱਕ ਦੇ ਨਾਲ ਨਾ ਬੱਚੀ ਨਹੀਂ ਲੱਗੀ ਪਈ ਆ। ਅੱਛਾ, 5 ਥਣੀ। ਹਾਂਜੀ, ਇੱਕ ਜਿੱਦਾਂ ਇਹ ਚੱਲਦਾ। ਹਾਂਜੀ, ਇਹ 'ਚ ਭਾਜੀ 2-4 ਧਾਰਾਂ ਆਉਂਦੀਆਂ, ਜੇ ਬੰਦ ਕਰਨਾ ਹੋਵੇ ਤੇ ਮੈਂ ਕੱਲ ਨੂੰ ਟੀਕਾ ਲਾ ਕੇ ਬੰਦ ਕਰਦਾ, ਪਰ ਮੈਨੂੰ ਸਾੜਾ ਪੈ ਜਾਣਾ। ਫਾਇਦਾ ਹੀ ਆ ਭਾਜੀ, ਬੈਨੀਫਿਟ ਹੀ ਆ। ਦੇਖੋ ਨੈਚੁਰਲ ਚੀਜ਼ ਆ, ਉਹਦੇ ਨਾਲ ਛੇੜਛਾੜ ਕਰਾਂਗੇ ਤੇ ਹੋ ਸਕਦਾ ਵੀ ਹੋਰ ਥਣ ਦੇ ਵਿੱਚ ਫਲਟ ਪੈ ਜੇ। ਹਾਂਜੀ ਹਾਂਜੀ, ਤੇ ਚਲੋ ਇੱਕ ਤਾਂ ਕਿਹੜੀ ਗੱਲੋਂ ਕਰਨਾ, ਬਾਕੀ ਦੱਸਣਾ ਜ਼ਰੂਰੀ ਆ ਜੀ। ਹਾਂਜੀ ਹਾਂਜੀ ਭਾਜੀ, ਜ਼ਰੂਰੀ ਦੱਸਣਾ, ਕਿਉਂਕਿ ਜਿਹੜਾ ਵਿਚਕਾਰ ਵਾਲਾ ਸੈਂਟਰ ਲਾਈਨ ਦੇ ਵਿੱਚ ਥੋੜੀਆਂ ਧਾਰਾਂ, ਬਾਕੀ ਅਗਲੇ ਥਣ 'ਚ ਤਾਂ ਪੂਰੀ ਧਾਰ ਹੋਏਗੀ। ਅਗਲੇ ਨਾਲ ਅਗਲਾ ਚੋਲ ਹੈ, ਪਿਛਲੇ ਨਾਲ ਪਿਛਲਾ ਚੋਲ ਹੈ, ਉਹਦੇ 'ਚ ਸਿਰਫ 2-4 ਧਾਰਾਂ ਹੁੰਦੀਆਂ। ਠੀਕ ਹੈ ਜੀ। ਹਾਂਜੀ, ਆਹ ਕਰੋ ਚੈੱਕ ਵੀਰੋ, ਜਿਹੜੀ ਗੱਲ ਦੱਸਣ ਜਾਊਗਾ, ਵਿਚਕਾਰਲੇ ਚ ਕੁਝ ਕਤਾਰਾਂ ਆਉਂਦੀਆਂ ਨੇ, ਠੀਕ ਆ। ਤੇ 5 ਥਣੀ ਆਪਾਂ ਝੋਟੀ ਕਵਾਂਗੇ, ਤਕਰੀਬਨ 5 ਥਣਾ। ਦੇਖੋ ਭਾਈ ਇਹਦਾ ਪੇਟ, ਠੀਕ ਆ। 18 ਦਿਨ ਮੰਨ ਲਓ, ਚਾਹੇ ਦੋਸਤੋ 20 ਦਿਨ ਮੰਨ ਲਓ, ਇੱਥੇ ਕੁ ਜਿਹੜਾ ਸਮਾਂ ਹੋਇਆ ਮਗਰ ਕੱਟੀ ਆ। ਲਓ ਵੀ ਦੋਸਤੋ, ਹਰਜਿੰਦਰ ਦੁੱਧ ਕਿੰਨਾ ਰੈਡੀ ਵੀ ਰਹਿੰਦਾ ਥੱਲੇ? ਹਾਂਜੀ, ਇਹਦੇ ਕੋਲੋਂ ਇਸ ਟਾਈਮ ਜਿਹੜਾ ਡੱਬੇ ਮਾਰਨਾ ਦੁੱਧ ਹੈਗਾ 13 ਲੀਟਰ। ਹਾਂ, ਕੋਈ ਵੀ ਵੀਰ ਭਰਾ ਆਪਣੇ ਨਾਲ 12 ਲੀਟਰ ਵਾਲਾ ਸੌਦਾ ਕਰੇ, ਕਿਲੋ ਘੱਟ ਰੱਖ ਜੀ। 12 ਕਿਲੋਆਂ ਦਾ? ਹਾਂਜੀ ਹੈ 13। ਹਾਂ ਹੈ 13। ਤੁਹਾਨੂੰ ਅੱਗੇ ਵੀ ਦੱਸੋ ਕਿ ਗੱਲਾਂ ਬਾਤਾਂ ਨੂੰ ਫੂਕਾ ਮਾਰ ਕੇ ਲੀਟਰ ਮਾਰ ਕੇ ਪਿੰਡ ਕੇ ਲੈ ਕੇ ਜਾਣ। ਵਾਹ ਜੀ। ਹਾਂਜੀ ਹਾਂਜੀ, ਬਾਕੀ ਭਾਈ ਪੇਠਾ ਪੋੜਾ ਦਿਖਾਓ, ਹਮਾਨਾ ਦਿਖਾਓ, ਚੋਟੀ ਤੋਂ ਐਚ ਐਫ ਗਾਂ ਹੀ ਆ। ਲਓ ਵੀ ਮੰਨ ਲਓ, ਆਹ ਕਰੋ ਚੈੱਕ ਬੈਕ ਸਾਈਡ ਤੋਂ, ਥਣ ਥੁਣ ਦਾ ਸਾਈਜ਼ ਵੇਖੋ ਇੱਕ ਵਾਰੀ ਭਰਾ, ਠੀਕ ਆ। ਬਿਲਕੁਲ ਨਿਖੜਵੇਂ ਥਣ ਆ, ਇੱਕ ਬੰਨ ਜਿਹੜੇ ਹੈਗੇ ਆ 3 ਥਣ ਹੈਗੇ ਦੋਸਤੋ, 5 ਥਣੀ ਆ ਇਹ ਚੋਟੀ, ਤੇ ਵਿਚਕਾਰ ਜਿਹੜਾ ਹੈਗਾ ਬੱਚਾ ਕਹਿ ਲਈਏ ਵੀ ਛੋਟਾ, ਉਹ ਥੋੜੀਆਂ ਕੁ ਧਾਰਾਂ ਆਉਂਦੀਆਂ ਨੇ, 2-4 ਧਾਰਾਂ ਹੀ ਹੁੰਦੀਆਂ, ਬਾਕੀ ਕੋਈ ਵੀਰ ਅਗਲੇ ਨਾਲ ਅਗਲਾ ਚੋਵੇ, ਪਿਛਲੇ ਨਾਲ ਪਿਛਲਾ ਚੋਵੇ, ਉਹ 'ਚ ਸਿਰਫ 2-4 ਧਾਰਾਂ ਹੀ ਹੁੰਦੀਆਂ। ਹਰਜਿੰਦਰ ਮੁੱਲ ਕਿੰਨਾ ਵੀਰੇ ਦਾ? ਮੁੱਲ ਨਾ ਮੈਂ ਕਹਿੰਦਾ ਜਿੰਨਾ ਉਹਦਾ ਕੀਤਾ ਉਹਨੇ ਮੇਰਾ ਕਰ ਲਈ। ਕਰੋ ਛੱਡੋ, ਇਹ ਸਿਰਫ ਭਾਈ 85,000 ਦੀ ਦੇ ਦੇਣੀ ਆ। 85,000 ਦੀ? ਉਹ 'ਚ ਸਿੱਧਾ 2,000 ਹੀ ਉਡਾ ਦੇਣਾ ਭਾਜੀ। 2,000 ਬਸ ਹੀ? 3 ਉਡਾ ਦਿੰਦੇ ਆ ਭਾਜੀ, ਹੋਰ ਦੱਸੋ। ਲਓ ਵੀ ਆਪਾਂ ਨਾਰਾਜ਼ ਥੋੜਾ ਕਰਨਾ, 82 ਦੀ ਦੇ ਦਾਂਗੇ, ਉਹ 'ਚ ਵੀ ਛੋਟ ਛਾਟ ਕਰ ਦਾਂਗੇ। ਠੀਕ ਆ। ਹਾਂਜੀ, ਮਗਰ ਮਿੱਤਰੋ ਕੱਟੀ ਆ, ਕੱਟੀ ਵੀ ਵਿਖਾਤੀ ਆ ਪ੍ਰੋਪਰ, ਤੁਹਾਨੂੰ ਝੋਟੀ ਵੀ ਵਿਖਾਤੀ ਆ, ਦੁੱਧ ਦੱਸਤਾ ਭਾਵੇਂ 13 ਹੋਵੇ 13.5 ਹੋਵੇ, ਜਿੰਨਾ ਵੀ ਕਿਹਾ ਗਿਆ ਉਹਨਾਂ ਦੀ ਚੁਵਾਈ ਤੁਸੀਂ ਕਰਨੀ ਆ।
ਠੀਕ ਆ, ਇੱਕ ਵਿਚਕਾਰ ਜਿਹੜਾ ਸੈਂਟਰ 'ਚ ਥਾਣ ਲੱਗਾ ਉਲਟ ਬਣੀ ਦੇ ਪਾਸੇ, ਜਿਹੜੇ ਜਿਹੜੇ ਪਿੱਠ ਪੁੜੇ ਜਿੰਨੀਆਂ ਰਾਜੀਆਂ ਜਿੰਨੇ ਹਵਾਨੇ ਲੱਗੇ, ਜੇ ਇੰਨਾ 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 ਦੁੱਧ ਨਾ ਦਿੱਤਾ ਤਾਂ ਫਿਰ ਦੇਣਾ ਕਿੰਨਾ ਭਾਜੀ? ਲਓ ਵੀ ਮਿੱਤਰੋ ਇਹਦਾ ਮੁੱਲ ਹੋ ਗਿਆ। ਇਸ ਤੋਂ ਬਾਅਦ ਅਗਲੀ ਤੁਹਾਨੂੰ ਦਿਖਾ ਦਿੰਦੇ ਹਾਂ, ਵੀਡੀਓ ਨੂੰ ਦੋ ਵਾਰੀ ਕਰਕੇ ਪਿੱਛੇ ਵੇਖ ਲਿਓ, ਚਾਰ ਵਾਰੀ ਕਰਕੇ ਵੇਖ ਲਿਓ, ਧਿਆਨ ਨਾਲ ਵੇਖ ਲਿਓ, ਕਿਤੇ ਚੀਜ਼ ਖੁਸ ਨਾ ਗਈ ਹੋਵੇ, ਰਹਿ ਨਾ ਗਈ ਹੋਵੇ, ਠੀਕ ਹੈ। ਅਗਲੀ ਝੋਟੀ ਵੀਰ ਕੀ ਹਰਜਿੰਦਰ ਜੀ ਦੀ ਡਿਟੇਲ? ਭਾਜੀ ਪਹਿਲੇ ਸੂਏ ਕੱਟੀ ਸੂਈ ਆ, ਮੂੰਹ ਚਾਰ ਦਾਂ ਦਾ। ਓਕੇ ਹਾਂਜੀ, ਇਹਦੇ ਪਿੱਛੇ ਵੀ ਭਾਜੀ ਕੱਟੀ ਆ, ਇਹਨੂੰ ਅੱਜ ਚੌਥਾ ਦਿਨ ਹੋ ਗਿਆ ਸੂਈ ਨੂੰ, ਬੱਚੇ ਦਾ ਨਾੜੂ ਨਾਲ ਹੀ ਸੀਗਾ। ਆਹ ਦੇਖੋ ਭਾਜੀ, ਗਿੱਲਾ ਨਾੜੂ ਬਿਲਕੁਲ ਨਾਲ ਸੀਗਾ, ਕਾਵਾਂ ਕੂਵਾਂ ਖਿੱਚ ਦਿੱਤਾ। ਓਬਵੀਅਸਲੀ ਦੇਸਦਾ ਹੀ ਪਿਆ, ਮਗਰ ਇਹਦੇ ਵੀ ਕੱਟੀ ਆ, ਕੱਟੀ ਇਹਦੇ ਮਗਰ ਵੀ ਕੱਟੀ ਆ। ਠੀਕ ਆ, ਮਗਰ ਬਿਲਕੁਲ ਬਲੈਕ ਹੀ ਕੱਟੀ ਆ ਨਾ? ਹਾਂਜੀ, ਜੈੱਡ ਬਲੈਕ ਕੱਟੀ ਆ ਭਾਜੀ। ਵੇਖੋ ਜੀ, ਬਹੁਤ ਵਧੀਆ ਮੁੱਠੀ ਵਾਲਾ ਥਣ, ਪੋਲੀ ਨੂੰ ਵਰਗੀ ਇਹਦੀ ਵੀ ਚਵਾਈ ਹੋਊਗੀ ਭਾਜੀ। ਦੇਣਾ ਚੌਥਾ ਤੀਜਾ ਦੱਸ। ਹਾਂਜੀ ਠੀਕ ਆ, ਤੇ ਹਰਜਿੰਦਰ ਕਿੰਨਾ ਬੋਲੇ ਵਿੱਚ ਕਿੰਨਾ ਇਹ ਭਾਜੀ ਬੋਲਾ? ਇਹਦੇ ਕੋਲ ਹੋਊਗਾ 10 ਲੀਟਰ। ਕੋਈ ਵੀ ਮੇਰਾ ਵੀਰ ਭਰਾ ਕਿਲੋ ਘੱਟ ਰੱਖ, 9 ਲੀਟਰ ਦਾ ਮਰਨਾ ਸੋਚਦਾ ਕਰੇ ਭਾਜੀ। 9 ਲੀਟਰ ਦਾ? ਹਾਂਜੀ ਹਾਂਜੀ ਠੀਕ ਹੈ ਭਰਾ। ਹਾਂ, ਕੱਟੀ ਦੁੱਧ 12-13 ਲੀਟਰ ਕੱਢ ਜੂਗੀ ਆਰਾਮ ਨਾਲ। ਦਿਖਾਈਏ ਵੀਰ ਖੁੱਲ ਕੇ। ਹਾਂਜੀ, ਪਹਿਲਾਂ ਨਾ ਜਿਹੜੀ ਝੋਟੀ ਸੂਈ ਆ ਦੋਸਤੋ, ਮਗਰ ਵੀ ਕੱਟੀ ਆ ਤੇ ਆਪ ਵੀ ਕੱਟੀ ਆ, ਮੂੰਹ ਚੌਕੀ ਆ ਚਾਰ ਦਾਂ ਦਾ, ਤੇ ਆਹ ਸਿੰਘਾਂ ਦੀ ਬਣਤਰ ਫੇਸ ਕੁਆਲਿਟੀ ਬਿਲਕੁਲ ਸਲਿਮ ਜਿਹਾ ਹੈਗਾ, ਪਤਲਾ ਜਿਹਾ ਫੇਸ ਆ, ਤੇ ਬਿਲਕੁਲ ਨਵੀਂ ਕੱਟੀ ਆ, ਜ਼ਰੂਰ ਖਰੀਦ ਸਕਦੇ ਹੋ ਤੁਸੀਂ। ਥਾਣ ਥੂਣ ਆਪਾਂ ਚੰਗੀ ਤਸੱਲੀ ਦੇ ਨਾਲ ਤੁਹਾਨੂੰ ਦਿਖਾ ਦਿੰਦੇ ਹਾਂ। ਆਹ ਦੇਖੋ ਜੀ, ਪਿੱਠ ਪੁੱਠਾ ਚੰਗਾ ਹੈਗਾ, ਬਿਲਕੁਲ ਫੱਬ ਦੇ ਵਿੱਚ ਆ, ਝੋਟੀ ਜਿੱਡੀ ਆ, ਕੱਦ ਕਾਠੀ ਵੀ ਸੋਹਣਾ, ਆਹ ਫੇਸ ਕੁਆਲਿਟੀ ਵੀ ਚੰਗੀ ਆ। ਠੀਕ ਆ, ਡਿਫਰੈਂਸ ਜਿਹੜਾ ਦੋਸਤੋ ਥਣਾਂ ਦਾ ਤੁਸੀਂ ਬੇਸਕ ਵੀਡੀਓ ਦੇ ਵਿੱਚ ਦੇਖ ਲਓ, ਵਧੀਆ ਗੈਪ ਅੰਤਰ ਆ ਪੂਰਾ ਵਿੱਚ ਬਈ। ਲੇਵਾ ਦਿਖਾਓ ਭਾਜੀ, ਗੈਪ ਦਿਖਾਓ ਕੱਟੀ ਦਾ। ਠੀਕ ਆ, ਤੇ ਚੁਆ ਕਿੰਨਾ ਦੱਸਿਆ ਜੀ, ਕਿੰਨਾ ਕਰਾਉਂਦੀ ਪਈ ਆ ਇਹ? ਭਾਜੀ 10 ਲੀਟਰ ਆ, ਕੋਈ ਵੀ 9 ਲੀਟਰ ਦਾ ਮੰਨਾ ਸੌਦਾ ਕਰ ਲਿਆ ਭਾਜੀ। 9 ਲੀਟਰ ਦਾ? ਹਾਂਜੀ, ਇਹਦਾ ਭਾਜੀ ਖੁੱਲਣੀ ਆ ਕੱਟੀ, ਬਹੁਤ ਬਣੀ। ਆਹ ਕਰੋ ਚੈੱਕ ਭਰਾਵੋ, ਆਹ ਦੇਖੋ। ਠੀਕ ਆ, ਤੇ ਭਾਜੀ ਦਿਖਾ ਦਿਓ ਉੱਪਰੋਂ। ਬਿਲਕੁਲ ਜੀ ਬਿਲਕੁਲ, ਆ ਲਓ। ਇਹ ਨਹੀਂ ਕਿ ਕੋਈ ਨਿੱਕੀਆਂ ਗੀਆਂ ਦਾ, ਲਿਸਟੀਆਂ ਗੀਆਂ, ਫੁੱਲ ਰਾਜੀ ਸਾਰੇ ਰੰਗ। ਤੇ ਕਿੰਨਾ ਮੁੱਲ ਦਾ ਝੋਟੀ ਦਾ ਵੀਰ? ਮੁੱਲ ਭਾਜੀ ਬਾਜ਼ਾਰ ਦੇ ਹਿਸਾਬ ਨਾਲ 90-95 ਕਰਦੇ ਆ, ਪਰ ਆਪਾਂ ਨਹੀਂ ਕਰਨਾ। ਅੱਛਾ ਜੀ, ਆਪਾਂ 80,000 ਦੀ ਕੱਟੀ ਦੇ ਦਾਂਗੇ। 80,000 ਦੀ? ਹਾਂਜੀ। ਅੱਛਾ, ਕਰਦੀ ਆ ਵਿੱਚੋਂ ਮਾਨ ਤੁਹਾਨੂੰ? ਜ਼ਿਆਦਾ ਤੇਜ਼ ਤਾਂ ਨਹੀਂ ਕੰਮ ਕਰਦਾ ਜੀ? 5,000 ਹੀ ਲਾ ਦਿੰਦੇ ਹਾਂ, ਹੋਰ ਦੱਸੋ ਭਾਜੀ। 75 ਦੀ ਦੇ ਦਾਂਗੇ। 75 ਦੀ? ਜੇ ਕੋਈ ਕਸਰ ਹੈਗੀ ਤਾਂ 10 ਹੋਰ ਕਰ ਦਿੰਦੇ। ਨਹੀਂ ਕੱਢੋਗੇ? ਹੈਂ ਕੱਢੋਗੇ? 2,000 ਹੋਰ ਛੱਡ ਦਿੰਦੇ ਹਾਂ ਭਾਜੀ, ਹੋਰ ਦੱਸੋ। 72 ਹੋ ਗਈ? 72 ਦੀ ਕਰ ਦਿੰਦੇ, ਉਹਦਾ 2 ਕਿਹਾ ਸੀ 73 ਦੀ ਹੋਣੀ, ਤੁਸੀਂ ਕਹਿ ਤਾ 72 ਦੀ ਕਰ ਦਿੰਦੇ। 72 ਦੀ ਹੋ ਜੂਗੀ? 72 ਦੀ ਹੋ ਗਈ, ਹੋਰ ਦੱਸੋ ਭਾਜੀ। ਠੀਕ ਆ, ਬਾਕੀ ਜੇ ਆਪਣੇ ਭੈਣ ਭਰਾ ਕਿਸੇ ਖਰੀਦਣ ਵਾਲੇ ਹੋਰ ਕਹਿਤਾ ਤੇ ਉਹ ਵੀ ਕਰਨਾ ਪਊ? ਕਰ ਦਾਂਗੇ ਭਾਜੀ, ਹੋਰ ਕਿਹੜੀ ਗੱਲ ਆ। ਕੋਈ ਵੀਰ ਮੇਰਾ ਨਾ ਵੀਰ ਭਰਾ ਪਸ਼ੂ ਲੈਣ ਦੇ ਤਰੀਕੇ ਨਾਲ ਫੋਨ ਲਾਵੇ, ਇਹ ਨਹੀਂ ਕਈ ਮੇਰੇ ਵੀਰ ਹੋਣਾ ਆਪਾਂ ਭਾਜੀ ਮੁੱਲ ਉਹ ਪਾਈਦਾ ਜੋ ਲੈਣਾ ਹੁੰਦਾ, ਥੱਲੋਂ ਤੋਰ ਪੈਂਦੇ ਆ, ਭੈਂਟ ਲੈ ਲੈ ਸ਼ਾਰਟ ਲੈ ਲੈ। ਇਹ ਹੱਥ ਬੰਨ ਕੇ ਵੀਰਾਂ ਨੂੰ ਬੇਨਤੀ ਆ ਕਿ ਆਪਾਂ ਉਹੀ ਆਪਾਂ ਵੀਡੀਓ ਦੇ ਵਿੱਚ ਹੀ ਸਾਰਾ ਕਸਰਾਂ ਕੱਢ ਦਿੰਦੀ ਆ, ਬਸ ਉਹ ਚ ਛੋੜ ਛਾੜੀ ਹੋ ਜਾਂਦੀ, ਛੋੜ ਵੀ ਖੁੱਲੀ ਕਰਾਂਗੇ, ਇਹ ਨਹੀਂ ਗੱਲ ਹੈਗੀ ਕੋਈ ਰੱਸਾ ਛੁੜਾਈ 100-200 ਕਰ। ਸਹੀ ਗੱਲ ਆ ਬਈ, ਇਹ ਨੈਕਸਟ ਡੀ ਆ, ਲਾਸਟ ਐਂਡ ਫਾਈਨਲ ਤੇ ਵੈੜ ਆ ਵੀਰ ਦੇ ਕੋਲ, ਵੈੜ ਵੀ ਬਾਤਾਂ ਕਿਆ ਤੇ ਵੱਡੀ ਵੱਛੀ ਆ, ਤੇ ਵੈੜ ਵਾਲੀ ਭਾਜੀ ਬੋਦੀ ਵਾਲੀ ਵੱਛੀ। ਕਿੰਨਵਾਂ ਸੂਆ ਸੂਈ ਵੀਰ? ਦੂਜੇ ਸੂਏ ਵੱਛੀ ਸੂਈ ਆ ਭਾਜੀ, ਦੂਜਣ ਵੱਛੀ ਆ, ਤੇ ਮਗਰ ਬੱਚਾ? ਮਗਰ ਬੱਚਾ ਭਾਜੀ ਆ ਦੇਖ ਲਓ, ਗਿੱਲੇ ਨਾੜੂ ਦੇ ਬਿਲਕੁਲ ਗਿੱਲੇ ਨਾੜੂ ਤੇ ਕਿੰਨੇ ਦਿਨਾਂ ਦਾ? ਦੂਜਾ ਤੀਸਰਾ ਦਿਨ ਇਹਨੂੰ ਵੀ ਅੱਜ ਸੂਈ। ਅੱਛਾ, ਤੀਸਰਾ ਦਿਨ ਆ। ਹਾਂਜੀ ਹਾਂ, ਦੂਜਾ ਸੂਆ ਦੋਸਤੋ ਸੈਕੰਡ ਟਾਈਮਰ ਜਿਹੜੀ ਵੈੜ ਸੂਈ ਆ, ਤੇ ਬੋਦੀ ਵਾਲੀ ਵੈੜ ਆ, ਵੇਖੋ ਤੁਸੀਂ ਕਿੱਡੀ ਜਾਤ ਆ, ਬੋਦੀ ਵੇਖੋ ਅੱਧੀ ਗਿੱਠ ਕੇ ਤਾਂ ਬੋਦੀ ਆ। ਬੇਲ ਦਿਖਾਓ ਵੱਛੀ ਦੀ ਭਾਜੀ ਕਿੰਨੀ, ਆਪਾਂ ਵੀ ਬਾਹਰ ਕੱਢ ਕੇ ਦਿਖਾਈਏ ਇਹਨੂੰ। ਹਾਂਜੀ ਹਾਂਜੀ ਠੀਕ ਆ, ਤੇ ਆ ਜਾਓ ਜੀ। ਆਹ ਕਰੋ ਮਿੱਤਰੋ ਚੈੱਕ, ਆਹ ਫੇਸ ਕੁਆਲਿਟੀ
ਸਣ ਖਵਾਨਾ ਜਿਹੜਾ ਦੋਸਤੋ ਬਿਲਕੁਲ ਪੱਧਰ ਵਿਖਾਉਂਦੀ ਹੈ, ਬਿਲਕੁਲ ਜੇਕਰ ਪੱਟਾਂ ਦੇ ਸਣ ਦੇ ਵਿੱਚ ਵੇਖੀਏ ਤਾਂ ਲੇਵਾ ਬਣਤਰ ਹੈਗੀ ਸਾਰੀ, ਠੀਕ ਹੈ। ਵੱਡੀ ਬੱਚੀ ਆ, ਵੀਰ ਹਰਜਿੰਦਰ ਕਹਿੰਦਾ ਵੱਡੀ ਬੱਚੀ ਵੀਰ ਕਹਿ ਦੇ ਕਿਉਂਕਿ ਕੋਈ ਛੋਟੀ ਨਾ ਸਮਝ ਲੈ। ਹਾਂਜੀ ਹਾਂਜੀ ਭਾਜੀ, ਤੇ ਵੱਡੀ ਬੱਚੀ ਆ, ਠੀਕ ਹੈ। HF ਅੰਗ ਦੇ ਵਿੱਚ ਆ ਦੋਸਤੋ ਵੱਡੀ ਬੱਚੀ ਆ, ਤੇ ਪੂਰੀ ਜਾਤ ਬਰੀਡ ਵਾਲੀ ਬੱਚੀ ਆ, ਤੇ ਥਣ ਲੇਵਾ ਤੁਸੀਂ ਵੇਖ ਕੇ ਚੈੱਕ ਕਰੋ। ਵੈੜ ਜਿਹੜੀ ਆ ਦੋਸਤੋ ਕਮਾਲਾਂ ਦੀ ਆ, ਵਧੀਆ ਚੰਗੀ ਵੈੜ ਆ, ਤੇ ਦੁੱਧ ਦੀ ਚਵਾਈ ਕਿੰਨੀ ਆ ਹੁਣ ਉਹ ਵੀ ਆਪਾਂ ਪੁੱਛ ਲੈਂਦੇ ਹਾਂ। ਬੋਲੇ 'ਚ ਹੋਵੇਗੀ ਬੋਲਾ ਕਿੰਨਾ ਵੀਰ ਚਵਾਰੀ ਫਿਰ ਬੋਲਾ ਭਾਜੀ? ਇਸ ਕੋਲ ਮੱਛੀ ਕੋਲ ਇਸ ਟਾਈਮ ਹੈਗਾ 15 ਲੀਟਰ ਡੱਬੇ ਮਾਰਨ। ਕੋਈ ਵੀ ਵੀਰ ਭਰਾ ਮੇਰੇ ਨਾਲ ਕਿਲੋ ਘੱਟ ਰੱਖ, 14 ਲੀਟਰ ਦਾ ਸੌਦਾ ਕਰੇ, ਬੱਚਾ ਦਿਖਾ ਦੋ, ਬਿਲਕੁਲ ਗੱਲੇ ਨਾਲ ਹੁੰਦੇ ਆ ਭਾਜੀ। ਆਹ ਦੇਖੋ ਜੀ, ਹਾਂਜੀ ਵੀਹ ਤਾਂ ਜਾਣਾ ਚਾਹੀਦਾ ਬਿਲਕੁਲ ਆਰਾਮ ਜੇ ਨਾਲ। 14 ਕਿਲੋ ਤਾਂ ਬੋਲੇ ਦੇ ਦੱਸੇ। ਹਾਂਜੀ ਹਾਂਜੀ, 20 ਕਿਲੋ ਤਾਂ ਮੇਰੇ ਸਾਹਮਣੇ ਨੋਰਮਲ ਹੀ ਜਾਊਗੀ, ਜੇ ਕੋਈ ਚੰਗਾ ਵੀਰ ਸੇਵਾ ਵਾਲਾ ਲੈ ਗਿਆ ਤਾਂ ਵੱਧ ਵਿੱਚ ਹੋ ਸਕਦਾ। ਥਾਣਾ ਦੀ ਪੂਰੀ ਸਫਾਈ ਆ, 50,000 ਦੀ ਭਾਜੀ ਵੱਛੀ ਦੇ ਦਾਂ ਸੋਚਾਂ ਚ ਪੈ ਗਏ ਜੀ। ਮੈਂ ਕਿਹਾ ਵੀ ਜਿੱਦਾਂ ਮਾਰਕੀਟ ਦੇ ਹਿਸਾਬ ਨਾਲ ਵੀਰ ਭਰਾ ਆਪਣੇ ਚਲੋ 55-60 ਮੰਗ ਲੈਂਦੇ ਨੇ, ਆਪਾਂ ਚਲ 50 ਦੀ ਦੇ ਦਾਂਗੇ। 50 ਦੀ ਵਿੱਚੋਂ 5,000 ਇਹਦੇ ਸਿੱਧਾ ਉਡਾਵਾਂਗੇ। ਅੱਛਾ ਜੀ, 45 ਦੀ ਦੇ ਦਾਂਗੇ। ਹੋਰ ਕਰ ਦਈਏ? ਕਰੋ ਕਰੋ ਜੀ, 2,000 ਹੋਰ ਛੱਡ ਦਾਂਗੇ ਭਾਜੀ। ਹੋਰ ਦੱਸੋ, 43 ਦੀ ਹੋ ਗਈ, 43 ਦੀ ਹੋ ਗਈ, 20 ਲੀਟਰ ਵਾਲੀ ਮੱਛੀ ਭਾਜੀ। ਕੋਈ ਦਿੰਦਾ ਨੀਗਾ ਮੇਰਾ ਵੀਰ, ਪਰ ਆਪਾਂ ਨੂੰ ਪਹਾੜਾ ਬੱਚੀ ਤੇ ਆਪਾਂ ਕਿਹਾ ਚਲੋ ਪਹਾੜਾ ਹੀ ਦੇ ਦੇਣੀ ਆ ਭਾਜੀ। ਇਸ ਟਾਈਮ ਵੀ 15 ਲੀਟਰ ਹੋਊਗਾ, ਫੂਕਾ ਮਾਰਨਾ ਕੋਈ ਗੱਲਾਂ ਬਾਤਾਂ ਵਾਲਾ ਨੀਗਾ ਹੈਗਾ, ਇਹ ਟਰਗਾ ਪੱਕਾ। ਆਪਾਂ 14 ਲੀਟਰ ਕੋਈ ਵੀ ਮੇਰਾ ਵੀਰ ਆ ਕੇ ਚੋ ਸਕਦਾ ਜੀ। ਲਓ ਵੀ ਮਿੱਤਰੋ, 14 ਲੀਟਰ ਦੀ ਚਵਾਈ ਤੁਸੀਂ ਕਰਨੀ ਆ, ਬੋਲੇ ਦੇ ਵਿੱਚ ਚੱਲਣ ਡਈ ਆ ਬੱਚੀ, ਤੇ 43,000 ਦੀ ਹੋ ਗਈ ਆ, 50,000 ਡਿਮਾਂਡ ਆ। ਇੱਥੇ ਤੁਸੀਂ ਜਿਹੜੀ ਆ ਨਰਕ ਪਰਖ ਆਪਣੀ ਕਰਕੇ ਪਸ਼ੂ ਹੀ ਖਰੀਦਿਆ ਕਰੋ, ਕਿਸੇ ਕਿੱਲੇ ਦੇ ਉੱਪਰੋਂ ਵੀ, ਜਿੱਥੋਂ ਮੈਂ ਖਾਸ ਤੌਰ 'ਤੇ ਮੈਂ ਵੀਡੀਓ ਪਾਉਣਾ, ਜਿਹੜੇ ਮੇਰੇ ਹੋਰ ਵੀਰ ਕੋਈ ਵੀਡੀਓ ਦਾ ਕੰਮ ਕਰਦੇ ਪਾਉਂਦੇ ਆ, ਮੈਂ ਹੋਰ ਕਿਸੇ ਦੀ ਜ਼ਿੰਮੇਵਾਰੀ ਨਹੀਂ, ਪਰ ਜਿਹੜੀ ਵੀਡੀਓ ਮੇਰੇ ਦੁਆਰਾ ਪਾਈ ਜਾਂਦੀ ਆ ਉਹਦੀ ਪਰਖ ਆ, ਜੋ ਤੁਹਾਨੂੰ ਵੀਰ ਓਨਰ ਮਾਲਕ ਕਹਿੰਦੇ ਆ ਉਹ ਬਖੂਬੀ ਢੰਗ ਨਾਲ ਵੈਸੇ ਉਹੀ ਨਿਕਲਦਾ ਜਾਂ ਨਹੀਂ ਨਿਕਲਦਾ, ਫਿਰ ਤੈਅ ਕਰਕੇ ਪਸ਼ੂ ਲਿਆ ਕਰੋ। ਹਾਂਜੀ ਭਾਈ, ਅਸੀਂ ਖੁਦ ਕਹਿੰਦੇ ਹਾਂ ਕਿ ਜਿਹੜਾ ਵੀ ਵੀਰ ਆਵੇ ਇੱਥੇ ਤਸੱਲੀ ਕਰਦੇ, ਕਿਉਂਕਿ ਭਾਜੀ ਗੱਡੀ 'ਚ ਜਾਂਦੇ ਆ, ਨਵੇਂ ਥਾਂ ਜਾਂਦੇ ਆ, ਪਸ਼ੂ ਨੇ 1-2 ਕਿਲੋ ਦੁੱਧ ਉਡਾਉਣਾ ਹੀ ਹੁੰਦਾ, ਤੇ ਫਿਰ ਵੀਰ ਭਰਾ ਕਹਿਣ ਲੱਗ ਪੈਂਦੇ, ਤਾਂ ਕਰਕੇ ਇੱਥੇ ਤਸੱਲੀ ਕਰਕੇ ਲੈ ਕੇ ਜਾਓ, ਜੇ ਅਸੀਂ ਨਹੀਂ ਚਵਾਉਂਦੇ ਫਿਰ ਦੱਸਣ ਭਾਜੀ। ਬਿਲਕੁਲ ਜੀ, ਹਾਂਜੀ ਹਾਂਜੀ ਭਾਜੀ। ਹਰਜਿੰਦਰ ਭਰਾ, ਹਾਂਜੀ, ਤੇ ਇੱਕ ਸੰਪਰਕ ਨੰਬਰ ਆਪਣੇ ਭਾਜੀ, ਪਿੰਡ ਮੇਰਾ ਅਨਾਰਪੁਰ, ਤਹਿਸੀਲ ਕਰਤਾਰਪੁਰ, ਜ਼ਿਲ੍ਹਾ ਜਲੰਧਰ, ਨਾਂ ਮੇਰਾ ਹਰਜਿੰਦਰ ਸਿੰਘ, ਕੰਟੈਕਟ ਨੰਬਰ ਹੈਗਾ 99-680-65-89, ਦੂਜਾ ਹੈਗਾ 84-270-96-511। ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰੇ, ਸਤਿ ਸ਼੍ਰੀ ਅਕਾਲ। ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ।